ਜੋ ਕਹਿੰਦੇ ਕਿਸਾਨ ਜੁਨੀਅਰ ਜਿੰਦਾਬਾਦ ਭਾਰਤੀ ਕਿਸਾਨ ਜੁਨੀਅਰ ਜਿੰਦਾਬਾਦ ਮਜ਼ਦੂਰ ਏਕਤਾ ਜਿੰਦਾਬਾਦ ਭਾਰਤੀ ਕਿਸਾਨ ਜੁਨੀਅਰ ਜਿੰਦਾਬਾਦ ਭਾਰਤੀ ਕਿਸਾਨ ਜੁਨੀਅਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਕਾਲੇ ਕਾਨੂੰਨ ਬੰਦ हाँ जी सत श्री अकाल जी न्यू 26 देखने का स्वागत कर रहे हैं न्यू 26 तो बुटल उदर अज खड़े पिंड ललहेड़ी जिते कि अपने गड्डिया मोटरसाइकलों से स्टिकर लगाए जा रहे हैं एक जागरूक किया जा रहा जिहड़े काले कानून मोदी ने तीन लैके आते हैं उन्होंने जवानों जे भी आ रहे हैं सारे जागरूक किया जा रहा बहुत वधिया उत्साह इन जवानों के स्टिकर ने देख सकते हो हाँ जी सर जी थोड़ा स्वागत है चैनल हाँ जी हाँ जी वाहगुरु जी का खालसा वाहगुरु जी की फतेह ਜਿਹੜਾ ਸਟਿੱਕਰਾਂ ਦਾ ਆਈਡੀਆ ਤੁਹਾਡੇ ਮਨ ਦੇ ਵਿੱਚ ਕਿੱਥੋਂ ਆਇਆ ਸੀ ਅਸੀਂ ਕਹਿੰਦੇ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਮੋਦੀ ਨੇ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੀਏ ਅਸੀਂ ਸਾਰਿਆਂ ਨੂੰ ਪਤਾ ਲੱਗੇ ਵੀ ਇਹ ਸਾਡੇ ਹੱਕ 'ਚ ਨਹੀਂ ਹੈਗੇ ਸਾਡੇ ਖਿਲਾਫ਼ ਨੇ ਕਾਲੇ ਕਾਨੂੰਨ ਇਹ ਰੱਦ ਹੋਣੇ ਚਾਹੀਦੇ ਨੇ ਉਹਦੇ ਲਈ ਪ੍ਰਤੀ ਲੋਕਾਂ ਨੂੰ ਜਾ ਸਟਿੱਕਰ ਲਾ ਕੇ ਜਾਗਰੂਕ ਕਰ ਰਹੇ ਹਾਂ ਗੱਡੀਆਂ ਦਾ ਸਟਿੱਕਰ ਲਾ ਰਹੇ ਹਾਂ ਜਿੱਦਾਂ ਕਿ ਆਪਣੇ ਉੱਥੇ ਸਿਆਨੀ ਸੰਘਰਸ਼ ਦੇ ਵਿੱਚ 40 ਤੋਂ 60-70 ਜਣ ਜਿਹੜੇ ਸ਼ਹੀਦ ਹੋ ਗਏ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਸਰਕਾਰ ਉਹ ਸਰਕਾਰ ਨੂੰ ਚਾਹੀਦਾ ਜੀ ਹੁਣ ਇਹ ਉਹਨੂੰ 10-10 ਲੱਖ ਰੁਪਇਆ ਦੇਣਾ ਚਾਹੀਦਾ ਉਹਨੂੰ ਸਰਕਾਰ ਨੂੰ ਨੌਕਰੀ ਦੇਣੀ ਚਾਹੀਦੀ ਹੈ ਸਰਕਾਰੀ ਨੌਕਰੀ ਉਹ ਕਿਹੜਾ ਕਿਸੇ ਨੇ ਆਪਣੇ ਲਈ ਜਾਂ ਉਹਨਾਂ ਨੇ ਜਾਣ ਸੰਘਰਸ਼ ਲਈ ਜਾਣ ਦਿੱਤੀ ਉਹਨਾਂ ਨੇ ਆਪਣੀ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਹਾਂਜੀ ਵੀਰ ਜੀ ਜਿੱਦਾਂ ਕਿ ਉਹ ਕਿਸਾਨੀ ਸੰਘਰਸ਼ ਸਿਖਰਾਂ 'ਤੇ ਪਹੁੰਚਿਆ ਹੋਇਆ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਉਹਦੇ ਵਾਸਤੇ ਅਸੀਂ ਇਹੀ ਕਹਿੰਦੇ ਬਸ ਵੀ ਕਾਨੂੰਨ ਵਾਪਸ ਲੈ ਜਾਣ ਜਿਹਦੇ ਵਿੱਚ ਇੰਨਾ ਕੁਛ ਹੋ ਰਿਹਾ ਅਸੀਂ ਉਹਦੇ ਪ੍ਰਤੀ ਅੱਜ ਸਟਿੱਕਰ ਲਾਏ ਨੇ ਗੱਡੀਆਂ 'ਤੇ ਮੋਟਰਸਾਈਕਲਾਂ 'ਤੇ ਲੋਕਾਂ ਨੂੰ ਉਤਸ਼ਾਹ ਕਰਨ ਲਈ ਕਿੰਨੀਆਂ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈਗਾ ਮੀਟਿੰਗਾਂ ਤਾਂ ਕਰੀ ਜਾ ਰਹੀ ਆ ਸਰਕਾਰ ਕਿਸਾਨਾਂ ਨਾਲ ਪਰ ਉਹਨਾਂ ਨੇ ਪੋਜ਼ਿਟਿਵ ਨਤੀਜੇ ਨਹੀਂ ਦੇ ਰਹੀ ਪੋਜ਼ਿਟਿਵ ਨਤੀਜੇ ਦੇਣ ਖਾਤਰ ਉਹਨਾਂ ਨੂੰ ਕਾਨੂੰਨ ਰੱਦ ਕਰਨੇ ਪੈਣਗੇ ਜਿੰਨਾ ਟਾਈਮ ਇਹ ਕਾਨੂੰਨ ਰੱਦ ਨਹੀਂ ਕਰਦੇ ਉਨਾ ਟਾਈਮ ਸੰਘਰਸ਼ ਚੱਲਦਾ ਰਹੂਗਾ ਸਾਡੇ ਕਿਸਾਨ ਵੀਰ ਜਾਂ ਅਸੀਂ ਸਾਰੇ ਸਾਰਾ ਪੰਜਾਬ ਕੀ ਸਾਰਾ ਇੰਡੀਆ ਉੱਥੇ ਬੈਠਾ ਰਹੂਗਾ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦਾ ਹਾਂਜੀ ਹੁਣ ਜਿੱਦਾਂ ਕਿ ਆਪਣੇ ਕਿਸਾਨ ਭਰਾ ਵੇ ਸਾਥ ਦੇ ਰਹੇ ਨੇ ਉਹਦੇ ਵਿੱਚ ਇੱਕ ਰੀਤ ਆ ਜਿਹੜਾ ਮਿਊਜ਼ਿਕ ਡਾਇਰੈਕਟਰ ਵੀ ਨਾਲ ਸਾਡੇ ਨਾਲ ਮੌਜੂਦ ਨੇ ਹਾਂਜੀ ਸਰ ਜੀ ਜਿੱਦਾਂ ਕਿ ਕਿਸਾਨੀ ਅੰਦੋਲਨ ਸਿਖਰਾਂ 'ਤੇ ਪਹੁੰਚੇ ਹੋਏ ਅੱਜ ਉਸ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਲਗਾਤਾਰ ਦਿਨ ਪਰ ਦਿਨ ਵੱਧਦਾ ਜਾ ਰਿਹਾ ਇਹਦਾ ਕੰਮ ਕਿ ਸਾਡੇ ਕਿਸਾਨ ਭਰਾ ਕਿੰਨੇ ਦਿਨਾਂ ਤੋਂ ਦੁਖੀ ਨੇ ਇਹਤੋਂ ਕਾਲੇ ਕਾਨੂੰਨ ਤੋਂ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਮੋਦੀ ਨੂੰ ਵਾਪਸ ਲੈਣਾ ਚਾਹੀਦਾ ਅਤੇ ਤਾਂ ਕਿ ਦੇਸ਼ ਦਾ ਭਲਾ ਹੋ ਸਕੇ ਉਹ ਜੱਦਾ ਵੀ ਆਇਆ ਰਾਜਨੀਤੀ ਦੇ ਵਿੱਚ ਉਹਨੇ ਕੋਈ ਨਾ ਕੋਈ ਇੱਦਾਂ ਦੀ ਗੇਮ ਪਾਈ ਹੋ ਗਿਆ ਉਹ ਦਿਨ ਪਰ ਦਿਨ ਕਿ ਜਿਹਦੇ ਨਾਲ ਦੇਸ਼ ਦਾ ਲੌਸ ਹੁੰਦਾ ਗਿਆ ਸੋ ਅਸੀਂ ਇਹੀ ਕਹਿੰਦੇ ਹਾਂ ਵੀ ਉਹਨੂੰ ਇਹ ਕਾਲਾ ਕਾਨੂੰਨ ਵਾਪਸ ਲੈਣਾ ਚਾਹੀਦਾ ਧੰਨਵਾਦ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਗਾਲਾਂ ਹੀ ਨਿਕਲਦੀਆਂ ਨੇ ਜੀ ਹੋਰ ਕੀ ਕਹਾਂਗੇ ਮੋਦੀ ਨੇ ਬਹੁਤ ਗਲਤ ਕੰਮ ਕੀਤਾ ਇਹ ਹਾਂ ਉਹਨੂੰ ਬਿੱਲ ਕੈਂਸਲ ਕਰ ਦੇਣੇ ਚਾਹੀਦੇ ਨੇ ਹੁਣ ਤਾਂ ਬਹੁਤ ਟਾਈਮ ਹੋ ਗਿਆ ਕਿਸਾਨਾਂ ਨੂੰ ਬੈਠਿਆਂ ਨੂੰ ਉੱਥੇ ਵਿਚਾਰਿਆਂ ਨੂੰ ਜੀ ਉਹ ਸਾਡੀ ਤਾਂ ਇਹੀ ਹਦਾਇਤ ਆ ਵੀ ਮੋਦੀ ਨੂੰ ਹੁਣ ਬਿੱਲ ਕੈਂਸਲ ਕਰ ਦੇਣੇ ਚਾਹੀਦੇ ਨੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਨਿਊ 26 ਦੇਖਣ ਨਿਊ 26 ਤੋਂ ਬੂਟਾ ਨਿਊ 26 ਖੰਨਾ